ਹੈਲੋ ਸੋ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਰੀਜ਼ਨਿੰਗ ਪਲੱਸ ਪੰਜਾਬੀ ਕਰਨੀ ਹੈ ਠੀਕ ਹੈ ਜੀ ਜਿਹਦੇ ਵਿੱਚ ਰੀਜ਼ਨਿੰਗ ਦੇ ਤੁਹਾਨੂੰ ਦੋ ਲੈਕਚਰ ਮਿਲ ਚੁੱਕੇ ਨੇ ਡਾਇਰੈਕਸ਼ਨ ਦੇ ਜਿਹਦੇ ਵਿੱਚ ਡਾਇਰੈਕਸ਼ਨ ਆਪਾਂ ਨੇ ਫੁੱਲ ਕੰਪਲੀਟ ਕਰਤੀ ਪੰਜਾਬੀ ਦਾ ਅੱਜ ਪਹਿਲਾ ਲੈਕਚਰ ਹੋਊਗਾ ਇਹ ਆਪਾਂ ਫ੍ਰੀ ਰੱਖਾਂਗੇ ਜੀ ਪੰਜਾਬੀ ਦਾ ਪਹਿਲਾ ਲੈਕਚਰ ਇਹ ਫ੍ਰੀ ਰੱਖਾਂਗੇ ਬਾਕੀ ਦੇ ਜੋ ਵੀ ਹੋਣਗੇ ਜਿਵੇਂ ਮੈਂ ਤੁਹਾਨੂੰ ਲਾਸਟ ਲੈਕਚਰ ਦੱਸਿਆ ਸੀ 199 ਦੇ ਵਿੱਚ ਕੀ ਹੋਣਗੇ ਜੀ ਪੇਡ ਹੋਣਗੇ ਕਿਸ ਚੀਜ਼ ਲਈ ਬਣਾਈ ਜਾ ਰਹੀ ਨੇ ਇਹ ਵੀਡੀਓ ਤਾਂ ਇਹ ਕੌਨਸਟੇਬਲ ਦੇ ਪੇਪਰ ਲਈ ਠੀਕ ਹੈ ਅੱਜ 10 ਜਾਂ 11 ਤਰੀਕ ਹੋ ਚੁੱਕੀ ਹੈ ਸੋ ਕੌਨਸਟੇਬਲ ਦਾ ਪੇਪਰ ਹੋਪਸ ਆ 20 ਦਿਨਾਂ ਦੇ ਵਿੱਚ ਵਿੱਚ ਹੋ ਜੂਗਾ 20 ਦਿਨਾਂ ਦੇ ਵਿੱਚ ਇਹ ਜਿਹੜੀ ਕਲਾਸਾਂ ਹੋਣਗੀਆਂ ਇਹ ਸਿਰਫ ਇੱਕ ਰਿਵੀਜ਼ਨ ਦੀ ਤਰ੍ਹਾਂ ਮੰਨਿਓ ਵੀ ਤੁਹਾਨੂੰ ਸਾਰਾ ਕੁਝ ਇੱਕ ਵਾਰ ਰਿਵਾਈਜ਼ ਹੋ ਜਾਏ ਸੋ ਇਹ ਪੰਜਾਬੀ ਭਾਸ਼ਾ ਦੀ ਪਹਿਲੀ ਵੀਡੀਓ ਹੋਊਗੀ ਆਓ ਸਟਾਰਟ ਕਰੀਏ ਸਭ ਤੋਂ ਪਹਿਲਾਂ ਕੀ ਹੁੰਦਾ ਭਾਸ਼ਾ ਜਾਂ ਬੋਲੀ ਕਿਤੇ ਕਿਤੇ ਇਹਨੂੰ ਅਲੱਗ-ਅਲੱਗ ਵੀ ਕਹਿੰਦੇ ਨੇ ਭਾਸ਼ਾ ਕੀ ਹੁੰਦੀ ਹੈ ਲਿਖਣ ਵਾਲੀ ਬੋਲੀ ਕੀ ਹੁੰਦੀ ਹੈ ਬੋਲਣ ਵਾਲੀ ਪਰ ਮਤਲਬ ਇਹਦਾ ਇੱਕੋ ਹੀ ਹੈ ਠੀਕ ਹੈ ਜੀ ਸੋ ਆਪਣੇ ਕੋਲੇ ਬੋਲੀ ਜਾਂ ਭਾਸ਼ਾ ਦੀ ਬੋਲੀ ਜਾਂ ਭਾਸ਼ਾ ਦੀ ਪਰਿਭਾਸ਼ਾ ਕੀ ਹੈ ਕਿ ਭਾਸ਼ਾ ਸੰਚਾਰ ਦਾ ਇੱਕ ਅਜੀਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਅਤੇ ਮਨ ਦੇ ਹਾਵ-ਭਾਵ ਦੂਸਰਿਆਂ ਦੇ ਸਾਹਮਣੇ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ ਇਹਦਾ ਮਤਲਬ ਕੀ ਹੈ ਜਿਵੇਂ ਮੈਂ ਤੁਹਾਨੂੰ ਕੋਈ ਗੱਲ ਕਹਿਣੀ ਆ ਜਾਂ ਤੁਸੀਂ ਮੈਨੂੰ ਕੋਈ ਗੱਲ ਕਹਿਣੀ ਆ ਤਾਂ ਆਪਾਂ ਇੱਕ ਮਾਧਿਅਮ ਦੀ ਵਰਤੋਂ ਕਰਾਂਗੇ ਉਸੇ ਮਾਧਿਅਮ ਨੂੰ ਕੀ ਕਿਹਾ ਜਾਂਦਾ ਹੈ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ ਠੀਕ ਹੈ ਜੀ ਜੇ ਪੇਪਰ ਦੇ ਵਿੱਚ ਆਵੇ ਦੁਨੀਆ ਦੀ ਸਭ ਤੋਂ ਪਹਿਲੀ ਭਾਸ਼ਾ ਕਿਹੜੀ ਸੀ ਤਾਂ ਕਿਹੜੀ ਸੀ ਜੀ ਆਪਣੇ ਕੋਲੇ ਸੰਕੇਤਕ ਪਾਚ ਠੀਕ ਹੈ ਦੁਨੀਆ ਦੀ ਪਹਿਲੀ ਭਾਸ਼ਾ ਕਿਹੜੀ ਸੀ ਸੰਕੇਤਕ ਭਾਸ਼ਾ ਕਿਉਂਕਿ ਪਹਿਲਾ ਲੋਕ ਆਪਣੀ ਗੱਲ ਦਾ ਆਦਾਨ-ਪ੍ਰਦਾਨ ਕਰਨ ਲਈ ਸੰਕੇਤਾਂ ਦੀ ਵਰਤੋਂ ਕਰਦੇ ਸੀ ਤਾਂ ਕਰਕੇ ਕਦੇ-ਕਦੇ ਕਿਸੇ-ਕਿਸੇ ਪੇਪਰ 'ਚ ਕੁਐਸਚਨ ਆ ਜਾਂਦਾ ਕਿ ਦੁਨੀਆ ਦੀ ਪਹਿਲੀ ਭਾਸ਼ਾ ਕਿਹੜੀ ਸੀ ਤਾਂ ਸੰਕੇਤਕ ਭਾਸ਼ਾ ਸੀ ਠੀਕ ਹੈ ਜੀ ਆਹ ਬੜਾ ਪਿਆਰਾ ਪੰਜਾਬ ਠੀਕ ਹੈ ਜੀ ਸੋ ਇੱਥੇ ਕੀ ਹੈ ਆਪਣੇ ਕੋਲੇ ਇੱਧਰ ਕੀ ਲੱਗਦਾ ਆਪਣੇ ਕੋਲ ਪਾਕਿਸਤਾਨ ਲੱਗਦਾ ਇਹ ਜੇ ਰਾਜਸਥਾਨ ਲੱਗਦਾ ਇੱਧਰ ਹਰਿਆਣਾ ਲੱਗਦਾ ਤੇ ਇੱਧਰ ਹਿਮਾਚਲ ਪ੍ਰਦੇਸ਼ ਲੱਗਦਾ ਤੇ ਆਹ ਆਪਣਾ ਇੱਧਰ ਕੀ ਹੈ ਚੰਡੀਗੜ੍ਹ ਹੈ ਠੀਕ ਹੈ ਜੀ ਜਿੱਥੇ ਲਗਭਗ ਹਰ ਇੱਕ ਸ਼ਨੀਵਾਰ ਮੈਂ ਹੁਣਾ ਅੱਜ ਕੱਲ੍ਹ ਐਸੇ ਮੋਹਾਲੀ ਹੁੰਦਾ ਮੈਂ ਸੋ ਠੀਕ ਹੈ ਇੱਥੇ ਆਪਣਾ ਸੰਗਰੂਰ ਜਿੱਥੋਂ ਮੈਂ ਇਹ ਵੀਡੀਓ ਬਣਾ ਰਿਹਾ ਤੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕੀ ਹਾਲਾਤ ਹੋ ਰਹੇ ਨੇ ਕਿ ਹੜ੍ਹ ਬਹੁਤ ਜ਼ਿਆਦਾ ਆ ਰਿਹਾ ਸੋ ਆਪਣਾ ਬੱਚਾ ਬਚਾਓ ਆਪ ਰੱਖਿਓ ਠੀਕ ਹੈ ਜੀ ਜੇ ਮੈਂ ਗੱਲ ਕਰਾਂ ਭਾਸ਼ਾ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਤਾਂ ਭਾਸ਼ਾ ਦੀਆਂ ਕਿੰਨਾ ਕਿਸਮਾਂ ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਦੋ ਕਿਸਮਾਂ ਹੁੰਦੀਆਂ ਨੇ ਪਹਿਲੀ ਕਿਹੜੀ ਹੁੰਦੀ ਹੈ ਜੀ ਮੌਖਿਕ ਜਾਂ ਆਮ ਬੋਲਚਾਲ ਦੀ ਭਾਸ਼ਾ ਦੂਜੀ ਦੂਜੀ ਦਾ ਉਤਿਆਰ ਨਾਲ ਦੇਖੋ ਇਹਨੂੰ ਲਿਖਤੀ ਵੀ ਕਹਿੰਦੇ ਨੇ ਸਾਹਿਤਕ ਵੀ ਕਹਿੰਦੇ ਨੇ ਟਕਸ ਇਹ ਅਲੱਗ-ਅਲੱਗ ਨਾਮ ਨੇ ਜੀ ਮਿਆਰੀ ਵੀ ਕਹ ਦਿੰਦੇ ਨੇ ਕੇਂਦਰੀ ਵੀ ਕਹ ਦਿੰਦੇ ਨੇ ਠੀਕ ਹੈ ਜੀ ਇਹ ਅਲੱਗ-ਅਲੱਗ ਨਾਮ ਨੇ ਕਿਦੇ ਲਿਖਤੀ ਭਾਸ਼ਾ ਦੇ ਠੀਕ ਹੈ ਜੀ ਤਾਂ ਉਹ ਭਾਸ਼ਾ ਦੀ ਕਿਸਮ ਕਿੰਨੇ ਪ੍ਰਕਾਰ ਦੀ ਹੁੰਦੀ ਆ ਮੌਖਿਕ ਜਾਂ ਆਮ ਬੋਲਚਾਲ ਦੀ ਭਾਸ਼ਾ ਜਾਂ ਲਿਖਤੀ ਭਾਸ਼ਾ ਸਾਹਿਤਕ ਭਾਸ਼ਾ ਟਕਸਾਲੀ ਭਾਸ਼ਾ ਮਿਆਰੀ ਭਾਸ਼ਾ ਜਾਂ ਕੇਂਦਰੀ ਭਾਸ਼ਾ ਤੇ ਜੇ ਮੈਂ ਗੱਲ ਕਰਾਂ ਮਿਆਰੀ ਭਾਸ਼ਾ ਜਾਂ ਟਕਸਾਲੀ ਆ ਲਿਖਤੀ ਭਾਸ਼ਾ ਕੀ ਹੁੰਦੀ ਆ ਇਹਦਾ ਮਤਲਬ ਕੀ ਹੁੰਦਾ ਤਾਂ ਜਿਹਦੇ ਵਿੱਚ ਵਿਆਕਰਨ ਦੇ ਨਿਯਮਾਦੀਪ ਪਾਲਣਾ ਜ਼ਰੂਰੀ ਨਾ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਆ ਮੌਖਿਕ ਜਾਂ ਆਮ ਬੋਲਚਾਲ ਦੀ ਭਾਸ਼ਾ ਜਿਹਦੇ ਵਿੱਚ ਵਿਆਕਰਨ ਦੇ ਨਿਯਮਾ ਦੀ ਵਰਤੋਂ ਕਰਨੀ ਜ਼ਰੂਰੀ ਨਹੀਂ ਹੁੰਦੀ ਕਰ ਵੀ ਸਕਦੇ ਹੋ ਪਰ ਜ਼ਰੂਰੀ ਨਹੀਂ ਹੁੰਦੀ ਉਹਨੂੰ ਆਪਾਂ ਕੀ ਕਹਿੰਦੇ ਆ ਮੌਖਿਕ ਜਾਂ ਆਮ ਬੋਲਚਾਲ ਦੀ ਭਾਸ਼ਾ ਤੇ ਜਿਹਦੇ ਵਿੱਚ ਜ਼ਰੂਰੀ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਲਿਖਤੀ ਜਾਂ ਸਾਹਿਤਕ ਜਾਂ ਟਕਸਾਲੀ ਮਿਆਰੀ ਕੇਂਦਰੀ ਭਾਸ਼ਾ ਠੀਕ ਹੈ ਜੀ ਜੇ ਆਵੇ ਪੇਪਰ 'ਚ ਕੁਐਸਚਨ ਆਉਂਦਾ ਕਿ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਤਾਂ ਮਾਝੀ ਆਪਣੇ ਕੋਲੇ ਕੀ ਆ ਪੰਜਾਬ ਦੀ ਟਕਸਾਲੀ ਭਾਸ਼ਾ ਹੁਣ ਟਕਸਾਲੀ ਦਾ ਮਤਲਬ ਕੀ ਹੁੰਦਾ ਟਕਸਾਲੀ ਦਾ ਮਤਲਬ ਕੀ ਹੁੰਦਾ ਜਿਹਦੇ ਵਿੱਚ ਕਿਸੇ ਵੀ ਰਾਜ ਦੇ ਅਖਬਾਰ ਛਪਦੇ ਹੋਣ ਠੀਕ ਹੈ ਕਿਸੇ ਵੀ ਰਾਜ ਦੇ ਅਖਬਾਰ ਛਪਦੇ ਹੋਣ ਰਸਾਲੇ ਛਪਦੇ ਹੋਣ ਜਾਂ ਕਿਤਾਬਾਂ ਛਪਦੀਆਂ ਹੋਣ ਉਸ ਉਸ ਰਾਜ ਦੀ ਕੀ ਕਹਿੰਦੇ ਨੇ ਟਕਸਾਲੀ ਭਾਸ਼ਾ ਤੇ ਭਾਰਤੀ ਪੰਜਾਬ ਦੀ ਕਿਹੜੀ ਹੈ ਮਾਝੀ ਹੈ ਜੇ ਮੈਂ ਗੱਲ ਕਰਾਂ ਪਾਕਿਸਤਾਨੀ ਪੰਜਾਬ ਦੀ ਤਾਂ ਉਹਨਾਂ ਦੀ ਕਿਹੜੀ ਹੈ ਬਲਤਾਨੀ ਉਹਨਾਂ ਦੀ ਮਲਤਾਨੀ ਨੂੰ ਲੈਂਦੀ ਵੀ ਕਹਿੰਦੇ ਨੇ ਕਿਤੇ ਕਿਤੇ ਤਾਂ ਉਹਨਾਂ ਦੀ ਕਿਹੜੀ ਆ ਮਲਤਾਨੀਆ ਟਕਸਾਲੀ ਭਾਸ਼ਾ ਆਪਣੀ ਕਿਹੜੀ ਹੈ ਮਾਜੀ ਹੈ ਪੇਪਰ ਦੇ ਮੋਸਟ ਇੰਪੋਰਟੈਂਟ ਕੁਐਸਚਨ ਇਥੋਂ ਬਣ ਜਾਂਦੇ ਨੇ ਅੱਗੇ ਕੀ ਹੈ ਜੀ ਭਾਰਤ ਦੀਆਂ ਭਾਸ਼ਾਵਾਂ ਤਾਂ ਭਾਰਤ ਵਿੱਚ ਬਹੁਤੀਆਂ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਠੀਕ ਹੈ ਜੀ ਲਗਭਗ ਲਗਭਗ 4000 ਦੇ ਲਗਵੇਂ ਭਾਸ਼ਾਵਾਂ ਬੋਲਿਆ ਜਾਂਦੇ ਨੇ ਪਰ ਜਿਨ੍ਹਾਂ ਵਿੱਚ ਮਾਨਤਾ ਪ੍ਰਾਪਤ ਕਿੰਨੀਆਂ ਨੇ ਸਿਰਫ 22 ਭਾਸ਼ਾਵਾਂ ਨੇ ਆਹ ਉਹ ਰੇ ਮੈਂ ਲਿਖ ਤੇ ਜਿਵੇਂ ਅਸਾਮੀ ਬੰਗਾਲੀ ਬੋੜੋ ਡੋਗਰੀ ਗੁਜਰਾਤੀ ਹਿੰਦੀ ਕੰਨੜ ਕਸ਼ਮੀਰੀ ਕੋਨਕੀ ਕੋਕਣੀ ਸੋਰੀ ਮੈਥਲ ਮੈਥਲੀ ਮਲਿਆਲਮ ਮਣੀਪੁਰੀ ਮਰਾਠੀ ਨੇਪਾਲੀ ਉੜੀਆ ਪੰਜਾਬੀ ਸੰਸਕ੍ਰਿਤ ਸੰਥਾਲੀ 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 ਠੀਕ ਹੈ ਸਿੰਧੀ ਤਾਮਿਲ ਤੇਲਗੂ ਤੇ ਉਰਦੂ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਦੇਖਿਆ ਹੋਊਗਾ ਪੇਪਰ 'ਚ ਕਦੇ-ਕਦੇ ਆ ਜਾਂਦਾ ਹੈ ਇੰਗਲਿਸ਼ ਨਹੀਂ ਹੈ ਤਾਂ ਪੇਪਰ 'ਚ ਕਦੇ-ਕਦੇ ਆ ਜਾਂਦਾ ਹੈ ਕਿ ਇੰਗਲਿਸ਼ ਭਾਰਤ ਦੀ ਇਹ ਬਾਈ ਭਾਸ਼ਾਵਾਂ ਨੇ ਜਿਹਨਾਂ ਨੂੰ ਭਾਰਤੀ ਸੰਵਿਧਾਨ ਦੁਆਰਾ 8ਵੀਂ ਅਨੁਸੂਚੀ ਦੇ ਤਹਿਤ ਕਿੰਨੀ ਅਨੁਸੂਚੀਆਂ ਨੇ ਤੁਹਾਨੂੰ ਪਤਾ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ 12 ਅਨੁਸੂਚੀਆਂ ਨੇ ਜਿਦੇ ਵਿੱਚੋਂ 8ਵੇਂ ਅਨੁਸੂਚੀ ਕਿਦੇ ਬਾਰੇ ਗੱਲ ਕਰਦੀ ਆ ਭਾਰਤੀ ਭਾਸ਼ਾਵਾਂ ਬਾਰੇ ਭਾਸ਼ਾਵਾਂ ਬਾਰੇ ਤੇ ਆਪਣੇ ਕੋਲ ਜਿਹੜੀ ਇਹ ਨੇ ਇਹ ਸਾਰੀਆਂ ਕਿਹੜੇ ਸ਼ੈਡਿਊਲ ਦੇ ਵਿੱਚ ਨੇ 8ਵੇਂ ਸ਼ੈਡਿਊਲ ਦੇ ਵਿੱਚ ਨੇ ਪਰ ਅੰਗਰੇਜ਼ੀ ਨਹੀਂ ਆ ਜੇ ਆਪਾਂ ਅੰਗਰੇਜ਼ੀ ਨੂੰ ਮੁਲਾਜ਼ੇ ਤੱਕ ਕਿੰਨੀਆਂ ਭਾਸ਼ਾਵਾਂ ਹੋ ਗਈਆਂ 23 ਭਾਸ਼ਾਵਾਂ ਹੋ ਗਈਆਂ ਅੰਗਰੇਜ਼ੀ ਕਾਨੂੰਨੀ ਲੈਂਗੁਏਜ ਜ਼ਰੂਰ ਹੈ ਪਰ ਭਾਰਤੀ ਸੰਵਿਧਾਨ ਦੇ ਵਿੱਚ ਅੰਗਰੇਜ਼ੀ ਨੂੰ ਭਾਸ਼ਾ ਦਾ ਦਰਜਾ ਇੱਥੇ ਨਹੀਂ ਮਿਲਿਆ ਹੋਇਆ ਤੇ ਕਿਹੜੀ ਜਿਹੜੀ ਆਪਣੇ ਕੋਲੇ ਕਿਹੜੀ ਬਾਹਰਲੀ ਭਾਸ਼ਾ ਹੈ ਮਤਲਬ ਆਊਟ ਆਫ ਭਾਰਤ ਦੀ ਭਾਸ਼ਾ ਤਾਂ ਉਹ ਕਿਹੜੀ ਹੈ ਜੀ 네ਪਾਲੀ ਉਹ ਕਿਹੜੀ ਹੈ ਨੇਪਾਲੀ ਆ ਸਾਰੇ ਲਿਖੇ ਹੋਏ ਤੁਸੀਂ ਪੜ੍ਹ ਸਕਦੇ ਹੋ ਕਿ ਇਹ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਆਪਣਾ ਮੇਨ ਇੰਪੋਰਟੈਂਟ ਪੜ੍ਹਨ ਵਾਲਾ ਕੀ ਆ ਉਹ ਮੈਂ ਤੁਹਾਨੂੰ ਦੱਸਦਾ ਇਹਦੇ ਬਾਰੇ ਡੋਗਰੀ ਬਾਰੇ ਅੱਗੇ ਸ਼ਾਇਦ ਆਉਂਗਾ ਕਿ ਡੋਗਰੀ ਇੱਕ ਪੰਜਾਬੀ ਦੀ ਉਪਭਾਸ਼ਾ ਸੀਗੀ ਜਿਹਨੂੰ ਬਦਲ ਕੇ ਕੀ ਕਰਤਾ ਭਾਸ਼ਾ ਕਰਤਾ ਕਦੋਂ ਕੀਤਾ 2003 ਦੇ ਵਿੱਚ ਕੀਤਾ 22 ਦਸੰਬਰ 2003 ਦੇ ਵਿੱਚ ਇਹਨੂੰ ਕੀ ਕਰਤਾ ਉਪਭਾਸ਼ਾ ਤੋਂ ਭਾਸ਼ਾ ਬਣਾ ਦਿੱਤਾ ਗਿਆ ਕਿੱਥੇ ਬੋਲੀ ਜਾਂਦੇ ਜੰਮੂ ਤੇ ਹਿਮਾਚਲ ਪ੍ਰਦੇਸ਼ 'ਚ ਜੇ ਤੁਹਾਨੂੰ ਪਤਾ ਹੋਵੇ ਕਿ ਹਿਮਾਚਲ ਪ੍ਰਦੇਸ਼ ਦਾ ਕੁਝ ਹਿੱਸਾ ਵੀ ਪਹਿਲਾਂ ਪੰਜਾਬ ਦਾ ਹਿੱਸਾ ਸੀ ਠੀਕ ਹੈ ਜੀ ਸੁਪਾਰਤੀ ਸਵਿਧਾਨ ਦੁਆਰਾ ਮਾਨਤਾ ਪ੍ਰਾਪਤ ਕਿੰਨੀਆਂ ਨੂੰ 22 ਭਾਸ਼ਾਵਾਂ ਨੂੰ ਪਰ ਅੰਗਰੇਜ਼ੀ ਨੂੰ ਮਿਲਾ ਕੇ ਕਿੰਨਾ ਹੋ ਗਿਆ 23 ਭਾਸ਼ਾਵਾਂ ਹੋ ਗਿਆ ਅੰਗਰੇਜ਼ੀ ਨੂੰ ਮਾਨਤਾ ਪ੍ਰਾਪਤ ਨਹੀਂ ਪਰ ਇਹ ਇੱਕ ਭਾਰਤ ਦੀ ਅਫੀਸ਼ੀਅਲ ਕਾਨੂੰਨੀ ਭਾਸ਼ਾ ਹੈ ਅਗਿਆਂ ਦੀ ਮਾਤ ਭਾਸ਼ਾ ਮਾਤ ਭਾਸ਼ਾ ਕੀ ਹੁੰਦੀ ਹੈ ਉਹ ਭਾਸ਼ਾ ਜਿਹੜੀ ਅਸੀਂ ਆਪਣੀ ਮਾਂ ਜਾਂ ਘਰ ਪਰਿਵਾਰ ਜਾਂ ਆਲੇ-ਦਾਲੇ ਤੋਂ ਸਿੱਖਦੇ ਹਾਂ ਉਹਨੂੰ ਆਪਾਂ ਕੀ ਕਹਿੰਦੇ ਆ ਜੀ ਮਾਤ ਭਾਸ਼ਾ ਜਿਵੇਂ ਕੀ ਪੰਜਾਬੀ ਹੈ ਕੋਈ ਬੱਚਾ ਪੰਜਾਬ 'ਚ ਪੈਦਾ ਹੋਇਆ ਮੰਨ ਲਓ ਬੰਗਾਲੀ ਸੀ ਪੰਜਾਬ 'ਚ ਪੈਦਾ ਹੋਇਆ ਤੇ ਕੁਦਰਤੀ ਗੱਲ ਹੈ ਵੀ ਉਹਦੇ ਘਰ ਦੇ ਪੰਜਾਬੀ ਬੋਲਦੇ ਤਾਂ ਉੱਥੋਂ ਪੰਜਾਬੀ ਸਿੱਖਿਆ ਤਾਂ ਹੋ ਗਈ ਠੀਕ ਹੈ ਅੱਜ ਕੱਲ ਦਾ ਪੰਜਾਬੀ ਪੜਾਉਣ ਵੇਲੇ ਵੀ ਸੋਚਣਾ ਪੈਂਦਾ ਹੈ ਕਿ ਮੈਂ ਕੁਝ ਇਹੋ ਜਿਹਾ ਨਾ ਬੋਲਦਾ ਕਿ ਲੋਕ ਅਫੈਂਡ ਹੋ ਜਾਣ ਗੁਰਾਜ਼ ਮਾਨ ਜੀ ਨੇ ਇੱਕ ਵਾਰ ਬੋਲੇ ਸੀ ਕਹਿੰਦੇ ਰਾਜ ਭਾਸ਼ਾ ਰਾਜ ਭਾਸ਼ਾ ਕੀ ਹੁੰਦੀ ਹੈ ਜਿਸ ਭਾਸ਼ਾ ਵਿੱਚ ਕਿਸੇ ਰਾਜ ਦੇ ਸਰਕਾਰੀ ਕੰਮਕਾਜ ਹੁੰਦੇ ਹੋਣ ਜਿਸ ਭਾਸ਼ਾ ਵਿੱਚ ਕਿਸੇ ਰਾਜ ਦੇ ਸਰਕਾਰੀ ਕੰਮਕਾਜ ਹੁੰਦੇ ਹੋਣ ਉਹਨੂੰ ਕੀ ਕਹਿੰਦੇ ਨੇ ਰਾਜ ਭਾਸ਼ਾ ਤਾਂ ਪੇਪਰ 'ਚ ਆਂਦਾ ਹੈ ਕਿ ਪੰਜਾਬੀ ਰਾਜ ਭਾਸ਼ਾ ਐਕਟ ਜਾਂ ਪੰਜਾਬ ਰਾਜ ਭਾਸ਼ਾ ਐਕਟ ਕਦੋਂ ਬਣਿਆ ਸੀਗਾ ਜੀ ਪੰਜਾਬ ਰਾਜ ਭਾਸ਼ਾ ਐਕਟ ਕਦੋਂ ਬਣਿਆ ਸੀ 1966 ਦੇ ਵਿੱਚ ਬਣਿਆ ਸੀ ਤੇ ਲਾਗੂ ਕਦੋਂ ਹੋਇਆ ਸੀ ਜੀ 1992 ਦੇ ਵਿੱਚ ਲਾਗੂ ਹੋਇਆ ਸੀ ਕਿ ਮਤਲਬ ਕੀ ਹੈ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਕਦੋਂ ਬਣਾਇਆ ਗਿਆ 1966 ਦੇ ਵਿੱਚ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ 1 ਨਵੰਬਰ 1966 ਨੂੰ ਪੰਜਾਬ ਦੇ ਤਿੰਨ ਹਿੱਸੇ ਹੋ ਗਏ ਸੀ ਠੀਕ ਹੈ ਜੀ 1 ਨਵੰਬਰ ਪੰਜਾਬ ਨੂੰ ਪੰਜਾਬ ਦੇ ਤਿੰਨ ਹਿੱਸੇ ਹੋ ਗਏ ਸੀ ਥੱਲੇ ਕਮੈਂਟ ਕਰਕੇ ਦੱਸੋ ਕਿਹੜੇ ਤਿੰਨ ਹਿੱਸੇ ਹੋਏ ਸੀ ਤਾਂ ਉਦੋਂ ਹੀ ਕੀ ਆ ਗਿਆ ਸੀ ਆਪਣੇ ਕੋਲ ਪੰਜਾਬ ਰਾਜ ਭਾਸ਼ਾ ਐਕਟ 1966 ਪਰ ਲਾਗੂ ਕਰਦੇ ਕਰਦੇ 1992 ਹੋ ਗਏ ਸੀ ਜੀ ਠੀਕ ਹੈ ਜੀ ਉਦੋਂ ਬਾਅਦ ਆਉਂਦੀ ਆ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ ਜੀ ਇੰਗਲਿਸ਼ ਅੰਤਰਰਾਸ਼ਟਰੀ ਭਾਸ਼ਾ ਕੀ ਹੁੰਦੀ ਹੈ ਜਿਸ ਭਾਸ਼ਾ ਵਿੱਚ ਇੱਕ ਤੋਂ ਵੱਧ ਦੇਸ਼ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਉਹਨੂੰ ਆਪਾਂ ਕੀ ਕਹਿੰਦੇ ਆ ਅੰਤਰਰਾਸ਼ਟਰੀ ਭਾਸ਼ਾ ਆ ਸਾਈਡ ਤੇ ਇੱਕ ਚੀਜ਼ ਹੋਰ ਪਈ ਹੋਈ ਹੈ ਨਹੀਂ ਨਹੀਂ ਇਹ ਇੰਗਲਿਸ਼ ਨਹੀਂ ਹੈਗੀ ਇਹ ਇੱਕ ਭਾਸ਼ਾ ਹੈ ਇਹਨੂੰ ਕੀ ਕਹਿੰਦੇ ਆ ਆਪਾਂ ਮੰਡੇਰੀਨ ਤਾਂ ਪੇਪਰ 'ਚ ਕਦੇ-ਕਦੇ ਆ ਸਕਦਾ ਹੈ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਹੈ ਤਾਂ ਮੰਡੇਰੀਨ ਤੇ ਇਹਨੂੰ ਹੀ ਆਪਾਂ ਚਾਈਨੀਜ਼ ਵੀ ਕਹ ਦਿੰਦੇ ਆ ਆਪਣੀ ਦੇਸੀ ਭਾਸ਼ਾ ਚ ਤਾਂ ਚਾਈਨੀਜ਼ ਜਿਹੜੀ オリジナル ਭਾਸ਼ਾ ਹੈ ਉੱਥੋਂ ਦੀ ਕਿਹੜੀ ਆ ਮੰਡੇਰੀਨ ਹੈ ਤੇ ਤੁਹਾਨੂੰ ਪਤਾ ਚਾਈਨਾ ਦੀ ਆਬਾਦੀ ਲਗਭਗ ਭਾਰਤ ਦੇ ਲਵਿਆ ਜਾਂ ਭਾਰਤ ਦੀ ਆਬਾਦੀ ਚਾਈਨਾ ਦੇ ਲਵਿਆ ਸੋ ਉੱਥੇ ਕੀ ਆ ਸਭ ਤੋਂ ਜ਼ਿਆਦਾ ਲੋਕ ਮੰਡੇਰੀਨ ਬੋਲਦੇ ਨੇ ਤਾਂ ਪੂਰੀ ਦੁਨੀਆ ਦੀ ਜਦੋਂ ਇੰਨੀ ਆਬਾਦੀ ਉੱਥੇ ਆ ਤਾਂ ਪੇਪਰ ਚ ਆਂਦਾ ਕਿਹੜੇ ਕਿਹੜੀ ਭਾਸ਼ਾ ਦੁਨੀਆ ਦੇ ਸਭ ਤੋਂ ਜ਼ਿਆਦਾ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਤਾਂ ਮੰਡੇਰੀਨ ਬੋਲੀ ਜਾਂਦੀ ਹੈ ਜਿਹੜੀ ਕਿ ਚਾਈਨਾ ਦੇ ਵਿੱਚ ਚਾਈਨੀਜ਼ ਭਾਸ਼ਾ ਹੈ ਠੀਕ ਆ ਆ ਵਾਲੀ ਭਾਸ਼ਾ ਹੈ ਤੇ ਅੰਤਰਰਾਸ਼ਟਰੀ ਭਾਸ਼ਾ ਕਿਹ ਇੰਗਲਿਸ਼ ਹੈ ਕਹਿੰਦੇ ਨੇ ਕਿ ਅੰਗਰੇਜ਼ਾਂ ਦੇ ਰਾਜ ਤੇ ਕਦੇ ਸੂਰਜ ਡੁੱਬਿਆ ਹੀ ਨਹੀਂ ਠੀਕ ਹੈ ਜੀ ਇਹਦਾ ਮਤਲਬ ਕੀ ਹੈ ਸਾਰੇ ਭਾਰਤ ਦੁਨੀਆ ਦੇ ਉੱਤੇ ਉਹਨਾਂ ਦਾ ਲਗਭਗ ਲਗਭਗ ਰਾਜ ਸੀਗਾ ਉਹ ਤੋਂ ਬਾਅਦ ਇੱਕ ਆਉਂਦੀ ਹੈ ਜੀ ਰਾਸ਼ਟਰੀ ਭਾਸ਼ਾ ਇੱਕ ਆਉਂਦੀ ਆਪਣੇ ਕੋਲੇ ਰਾਸ਼ਟਰੀ ਭਾਸ਼ਾ ਤਾਂ ਭਾਰਤ ਦੀ ਕੋਈ ਵੀ ਰਾਸ਼ਟਰੀ ਭਾਸ਼ਾ ਨਹੀਂ ਹੈ ਹਾਂ ਜੀ ਕਿਸੇ ਨੇ ਵੀ ਹਿੰਦੀ ਨਹੀਂ ਕਹਿਣਾ ਤਾਂ ਭਾਰਤ ਦੀ ਕੋਈ ਵੀ ਰਾਸ਼ਟਰੀ ਭਾਸ਼ਾ ਨਹੀਂ ਹੈ ਰਾਸ਼ਟਰੀ ਭਾਸ਼ਾ ਕੀ ਹੁੰਦੀ ਹੈ ਲਗਭਗ 50% ਤੋਂ ਜ਼ਿਆਦਾ ਰਾਸ਼ਟਰ ਦੇ ਲੋਕ ਉਹਨੂੰ ਸਮਝ ਤੇ ਪੜ ਸਕਣ ਉਹਨੂੰ ਆਪਾਂ ਕੀ ਕਹਿੰਦੇ ਆ ਰਾਸ਼ਟਰੀ ਭਾਸ਼ਾ ਪਰ ਹਿੰਦੀ ਆਪਣੇ ਕੋਲੇ ਪੜੀਆ ਸਮਝੀ ਨਹੀਂ ਜਾਂਦੀ ਤਾਂ ਕਰਕੇ ਹਿੰਦੀ ਆਪਣੇ ਕੋਲੇ ਰਾਸ਼ਟਰੀ ਭਾਸ਼ਾ ਨਹੀਂ ਹੈ ਉਹ ਤੋਂ ਬਾਅਦ ਆਉਂਦੀ ਹੈ ਉਪ ਭਾਸ਼ਾ ਮੋਸਟ ਇੰਪੋਰਟੈਂਟ ਉਪ ਭਾਸ਼ਾ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ ਡਾਇਲੈਕਟ ਕਿਹਾ ਜਾਂਦਾ ਹੈ ਜਿਹੜਾ ਕਿਸੇ ਸਥਾਨਕ ਉਚਾਰਣ ਸ਼ਬਦ ਭੰਡਾਰ ਅਤੇ ਮੁਹਾਵਰੇ ਤੋਂ ਉਪਜੇ ਹੁੰਦੇ ਹਨ ਮਤਲਬ ਕੀ ਹੈ ਅਜਿਹੇ ਸ਼ਬਦ ਜਿਹੜੇ ਕਿਸੇ ਸਥਾਨਕ ਸਥਾਨ ਮਤਲਬ ਜਗਾ ਦੇ ਸ਼ਬਦ ਭੰਡਾਰ ਅਤੇ ਮੁਹਾਵਰੇ ਤੋਂ ਉਪਜੇ ਹੁੰਦੇ ਨੇ ਉਹਨੂੰ ਆਪਾਂ ਕੀ ਕਹਿੰਦੇ ਨੇ ਉਪ ਭਾਸ਼ਾ ਜਿਵੇਂ ਕਿ ਹੁਣ ਮੈਂ ਕਹਾ ਮੈਂ ਬੋਲ ਰਿਹਾ ਸ਼ਾਇਦ ਪੰਜਾਬੀ ਪਰ ਵਿੱਚੋਂ ਕਿਤੇ ਨਾ ਕਿਤੇ ਮਲਵਈ ਦਾ ਐਕਸੈਂਟ ਆਂਦਾ ਹੋਣਾ ਠੀਕ ਹੈ ਯੋ ਸਾਡੇ ਵਾਲੇ ਪਾਸੇ ਤੀ ਕਹਿੰਦੇ ਨੇ ਕਿਤੇ ਸੀ ਕਹਿੰਦੇ ਨੇ ਠੀਕ ਆ ਤਾਂ ਉਹ ਗੱਲ ਹੈ ਸੋ ਕਿਸੇ ਭਾਸ਼ਾ ਵਿਸ਼ੇਸ਼ ਦੇ ਖਾਸ ਇਲਾਕੇ ਵਿੱਚ ਵਰਤੀ ਜਾਂਦੀ ਭਾਸ਼ਾ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ ਮਤਲਬ ਕੀ ਹੈ ਜਦੋਂ ਵਖਰੇਵਾ ਆ ਜਾਂਦਾ ਏਰੀਆ ਵਿੱਚ ਵਖਰੇਵਾ ਆ ਜਾਂਦਾ ਜਦੋਂ ਆਪਾਂ ਥੋੜਾ ਜਿਹਾ ਸੰਗਰੂਰ ਤੋਂ ਜਲੰਧਰ ਵੱਲ ਜਾਂਦੇ ਆ ਤਾਂ ਉੱਥੇ ਲੋਕ ਹੋਰ ਬੋਲਦੇ ਨੇ ਉਧਰੋਂ ਅੰਮ੍ਰਿਤਸਰ ਵੱਲੋਂ ਜਾਂਦੇ ਆ ਤਾਂ ਉੱਥੇ ਲੋਕ ਹੋਰ ਬੋਲਦੇ ਨੇ ਉਸੇ ਭਾਸ਼ਾ ਦਾ ਬੋਲਦੇ ਪੰਜਾਬੀ ਨੇ ਪਰ ਉਹਨਾਂ ਵਿੱਚ ਥੋੜਾ ਥੋੜਾ ਵਖਰੇਵਾ ਆ ਜਾਂਦਾ ਉਸੇ ਚੀਜ਼ ਨੂੰ ਕੀ ਕਹਿੰਦੇ ਆ ਆਪਾਂ ਉਪਭਾਸ਼ਾ ਕਹਿੰਦੇ ਆ ਤੇ ਅੱਜ ਦੇ ਪੰਜਾਬ ਵਿੱਚ ਅੱਜ ਦੇ ਪੰਜਾਬ ਵਿੱਚ ਚ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਠੀਕ ਹੈ ਜੀ ਸੋ ਕਿਹੜੀਆਂ-ਕਿਹੜੀਆਂ ਨੇ ਦੇਖੋ ਪਹਿਲਾਂ ਤਾਂ ਉਪਭਾਸ਼ਾ ਨੂੰ ਕਰਨ ਤੋਂ ਪਹਿਲਾਂ ਆ ਚੀਜ਼ ਸਮਝ ਲਓ ਇੱਥੋਂ ਆਪਣਾ ਕੀ ਬੰਦਾਈ ਰਾਵੀ ਇਹ ਕਿਹੜਾ ਦਰਿਆ ਹੈ ਰਾਵੀ ਆਹ ਕਿਹੜਾ ਦਰਿਆ ਬੰਦਾਈ ਆਪਣੇ ਕੋਲੇ ਵਿਆਸ ਇਹ ਕਿਹੜਾ ਬੰਦਾ ਵਿਆਸ ਤੇ ਆਹ ਕਿਹੜਾ ਜੀ ਆਪਣੇ ਕੋਲੇ ਸਤਲੁਜ ਇਹ ਉਰੇ ਆ ਕੇ ਮਿਲਦਾ ਤੇ ਇਹਨੂੰ ਕੀ ਕਹਿੰਦੇ ਆ ਆਪਾਂ ਹਰੀਕੇ ਪਤਨ ਇਹਨੂੰ ਆਪਾਂ ਕੀ ਕਹਿੰਦੇ ਆ ਹਰੀਕੇ ਪਤਨ ਇਹ ਇੱਕ ਵੈਟਲੈਂਡ ਹੈ ਠੀਕ ਹੈ ਜੀ ਤੇ ਇੱਥੋਂ ਇੱਕ ਦਰਿਆ ਵਗਦਾ ਉਹਨੂੰ ਆਪਾਂ ਕੀ ਕਹਿੰਦੇ ਆ ਘਗਰ ਇਹ ਉਹ ਤਾਣੀ ਬਣਿਆ ਕਿਉਂਕਿ ਇਹ ਇੱਕ ਸੀਜ਼ਨਲ ਰਿਵਰ ਹੈ ਸੀਜ਼ਨਲ ਦਾ ਮਤਲਬ ਕੀ ਹੁੰਦਾ ਜਿਹੜਾ ਸਿਰਫ ਸੀਜ਼ਨ ਦੇ ਵਿੱਚ ਬੈਂਦਾ ਜਿਵੇਂ ਹੁਣ ਹੜਾ ਆਇਆ ਹੈ ਤਾਂ ਹੁਣੇ ਪੂਰਾ ਜਾ ਰਿਹਾ ਹੋਊਗਾ ਠੀਕ ਹੈ ਜੀ ਤੇ ਜਿਹੜਾ ਰਾਵੀ ਤੇ ਬਿਆਸ ਵਿਚਲਾ ਏਰੀਆ ਆ ਗਿਆ ਇਹਨੂੰ ਆਪਾਂ ਕੀ ਕਹਿੰਦੇ ਆ ਮਾਝਾ ਠੀਕ ਹੈ ਜੀ ਇਹਨੂੰ ਆਪਾਂ ਕੀ ਕਹਿੰਦੇ ਆ ਮਾਝਾ ਜਿਹੜਾ ਆਹ ਵਾਲਾ ਏਰੀਆ ਆ ਗਿਆ ਇਹਨੂੰ ਆਪਾਂ ਕੀ ਕਹਿੰਦੇ ਆ ਇਹਨੂੰ ਆਪਾਂ ਕਹਿੰਦੇ ਆ ਦੁਆਬਾ ਠੀਕ ਹੈ ਜੀ ਜਿਹੜਾ ਰਾਵੀ ਤੇ ਬਿਆਸ ਵਿਚਕਾਰਲਾ ਏਰੀਆ ਇਹਨੂੰ ਮਾਝਾ ਕਿਹਾ ਗਿਆ ਜਿਹੜਾ ਬਿਆਸ ਤੇ ਸਤਲੁਜ ਵਿਚਕਾਰਲਾ ਏਰੀਆ ਇਹਨੂੰ ਆਪਾਂ ਕੀ ਕਹਿੰਦੇ ਆ ਦੁਆਬਾ ਤੇ ਜਿਹੜਾ ਆ ਚੀਜ਼ ਆ ਗਈ ਇਹਨੂੰ ਆਪਾਂ ਕੀ ਕਹਿੰਦਾ ਮਾਲਵਾ ਮਾਲਵਾ ਦੁਆਬਾ ਕੀ ਹੈ ਮਾਝਾ ਮਿੱਟੀ ਹੈ ਠੀਕ ਹੈ ਜੀ ਇਹਨੂੰ ਆਪਾਂ ਕੀ ਕਹਦਣੇ ਆ ਮਾਲਵਾ ਸਭ ਤੋਂ ਵੱਡਾ ਏਰੀਆ ਕਿਹੜਾ ਹੈ ਮਾਲਵਾ ਹੈ ਠੀਕ ਹੈ ਜੀ ਮੈਂ ਉਮੀਦ ਕਰਦਾ ਕਿ ਇੰਨੀ ਚੀਜ਼ ਤੁਹਾਨੂੰ ਪਤਾ ਲੱਗੀ ਹੋਣੀ ਅੱਗੇ ਜਾ ਕੇ ਆਪਾਂ ਪੜਾਂਗੇ ਇੱਥੇ ਸੁਣਿਆ ਸਮਝਣਾ ਇਹ ਮਾਝਾ ਏਰੀਆ ਹੈ ਇਹ ਦੁਆਬਾ ਏਰੀਆ ਹੈ ਤੇ ਇਹ ਮਾਲਵਾ ਏਰੀਆ ਹੈ ਤੇ ਇੱਥੇ ਜਿਹੜਾ ਲਵੇ ਤਵੇ ਏਰੀਆ ਨਦੀ ਬਹਿੰਦੀ ਹੈ ਇਹਦੇ ਲਵੇ ਤਵੇ ਦੇ ਏਰੀਆ ਨੂੰ ਕੀ ਕਹਿੰਦੇ ਨੇ ਪੁਆਦ ਦਾ ਏਰੀਆ ਠੀਕ ਹੈ ਜੀ ਪੁਆਦ ਦਾ ਏਰੀਆ ਹੁਣ ਆਜੋ ਮਾਝੇ ਤੇ ਮਾਝੀ ਉਪ ਬੋਲੀਆਂ ਦੀ ਗੱਲ ਕਰ ਰਹੇ ਆ ਆਪਾਂ ਠੀਕ ਹੈ ਜੀ ਮੈਂ ਕਿਹਾ ਅੱਜ ਦੇ ਪੰਜਾਬ ਚ ਚਾਰ ਉਪ ਬੋਲੀਆਂ ਬੋਲੀ ਜਾਂਦੇ ਨੇ ਮਾਝੀ ਦੁਆਬੀ ਪੁਆਦੀ ਅਤੇ ਮਲੋਈ ਠੀਕ ਹੈ ਜੀ ਸੋ ਆਪਣੇ ਕੋਲੇ ਸਭ ਤੋਂ ਪਹਿਲਾਂ ਕਿਹੜੀ ਆ ਗਈ ਮਾਝੀ ਮਾਝੀ ਕਿੱਥੇ ਬੋਲੀ ਜਾਂਦੀ ਆ ਆ ਦੇਖੋ ਆ ਏਰੀਆ ਚ ਜਿਹੜਾ ਆ ਏਰੀਆ ਇਹਨਾਂ ਦੇ ਵਿੱਚ ਕੀ ਬੋਲੀ ਜਾਂਦੀ ਆ ਜੀ ਆਪਣੇ ਕੋਲੇ ਮਾਝੀ ਬੋਲੀ ਜਾਂਦੀ ਆ ਇਹਨਾਂ ਦੇ ਵਿੱਚ ਮਾਝੀ ਕਿਹੜੇ ਚਾਰ ਜਿਹੜੇ ਆ ਗਏ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋ ਠੀਕ ਹੈ ਜੀ ਮਾਝੀ ਉਪ ਪਾਸ਼ਾ ਸ਼ਬਦ ਪੰਜਾਬ ਦੇ ਮਾਝਾ ਇਲਾਕੇ ਚ ਬੋਲੀ ਜਾਂਦੀ ਅੰਮ੍ਰਿਤਸਰ ਤਰੰਤਾਰਨ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਬੋਲੀ ਜਾਂਦੀ ਹੈ ਮਾਜੀ ਵਿੱਚ ਡਾੜੇ ਦੀ ਧੁਨੀ ਦੀ ਬਦੋਲੇ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਅਗਾੜੀ ਗਾੜੀ ਖੜਨਾ ਅਗਾੜੀ ਦਾ ਮਤਲਬ ਅਗੇ ਅਗਾੜੀ ਗਾੜੀ ਅਗੇ ਨੂੰ ਕਹਿੰਦੇ ਨੇ ਇਹਨਾਂ ਦੇ ਵਿੱਚ ਕੀ ਹੁੰਦਾ ਡਾੜੇ ਦੀ ਪਰਥਾ ਮਤਲਬ ਜਿਆਦਾ ਬੋਲਚਾਲ ਦੇ ਵਿੱਚ ਯੂਜ਼ ਕਰਦਾ ਸੱਸੇ ਨੂੰ ਹਾਹਾ ਕਹਿੰਦੇ ਨੇ ਜਿਵੇਂ ਪੈਸੇ ਨੂੰ ਪੈਹਾ ਕਹਿੰਦੇ ਨੇ ਅਸੀਂ ਨੂੰ ਅਹੀ ਕਹ ਦਿੰਦੇ ਹਾਂ ਠੀਕ ਹੈ ਜੀ ਇਹ ਕਿਹੜੇ ਕਰਦੇ ਨੇ ਮਾਝੇ ਵਾਲੇ ਪਾਸੇ ਸੋ ਮਾਜੀ ਵਿੱਚ ਸ਼ਬਦਾਂ ਦੇ ਵਿਚਕਾਰ ਅਖੀਰ ਵਿੱਚ ਹਾਹੇ ਦੀ ਧੁਨੀ ਨਹੀਂ ਬੋਲੀ ਜਾਂਦੀ ਠੀਕ ਹੈ ਜੀ ਜਿਵੇਂ ਕਿ ਇਹ ਸਵਰ ਵਿੱਚ ਬਦਲ ਜਾਂਦੀ ਹੈ ਛੁਆਰਾ ਕਹਿੰਦੇ ਆ ਸ਼ਹਿਰ ਨੂੰ ਸ਼ਹਿਰ ਕਹਿੰਦੇ ਆ ਸੌਰੇ ਨੂੰ ਸੌਰਾ ਕਹਿੰਦੇ ਆ ਠੀਕ ਹੈ ਜੀ ਕੜਾ ਕੜਾਹ ਨੂੰ ਕੜਾ ਕਹਿੰਦੇ ਆ ਤਾਂ ਇਹ ਕੀ ਆ ਆਪਣੇ ਕੋਲੇ ਮਤਲਬ ਕੀ ਐ ਹਾਹੇ ਦੀ ਤੁਨੀ ਐੜੇ ਦੇ ਵਿੱਚ ਮਤਲਬ ਸਵਰ ਦੇ ਵਿੱਚ ਬਦਲ ਜਾਂਦੀ ਆ ਚਾਰ ਇਲਾਕੇ ਆਗੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਇਹ ਚਾਰ ਹੀ ਕਿਹਦੇ ਨਾਲ ਲੱਗਦੇ ਨੇ ਪਾਕਿਸਤਾਨ ਦੇ ਨਾਲ ਵੀ ਲੱਗਦੇ ਨੇ ਠੀਕ ਹੈ ਜੀ ਸੋ ਇੱਥੋਂ ਇੱਕ ਚੀਜ਼ ਹੋਰ ਕਲੀਅਰ ਹੁੰਦੀ ਆ ਜੇ ਮੈਂ ਤੁਹਾਨੂੰ ਕਹਾਂ ਕਿ ਮਾਝੇ ਦਾ ਇਲਾਕਾ ਇੱਥੇ ਜਿਹੜਾ ਅੰਮ੍ਰਿਤਸਰ ਆ ਇਧਰਲੇ ਪਾਸੇ ਕਿਹੰਦਾ ਲਾਹੌਰ ਆਂਦਾ ਤਾ ਮਾਜੀ ਲਾਹੌਰ ਦੇ ਵਿੱਚ ਵੀ ਬੋਲੀ ਜਾਂਦੀ ਹੈ ਠੀਕ ਹੈ ਜੀ ਮਾ ਮਾਜੀ ਲਾਹੌਰ ਦੇ ਵਿੱਚ ਵੀ ਬੋਲੀ ਜਾਂਦੀ ਹੈ ਤੇ ਮਾਜੇ ਨੂੰ ਮਾਜਾ ਕਿਉਂ ਕਹਿੰਦੇ ਨੇ ਜਿਹੜੀ ਚੀਜ਼ ਮਜੀ ਹੋਈ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਆ ਮਾਜਾ ਤਾਂ ਕਰਕੇ ਇਹਨੇ ਰਾਜਨੀਤੀ ਤੇ ਆਰਥਿਕ ਬਹੁਤ ਕੁਝ ਦੇਖਿਆ ਇਹ ਆਪਾਰਟ ਨੇ ਆ ਸਾਰੇ ਨਹੀਂ ਤਾਂ ਕਰਕੇ ਇਹਨੂੰ ਕੀ ਕਹਿ ਦਿੰਦੇ ਨੇ ਮਾਜਾ ਬਿਲਕੁਲ ਸੈਂਟਰ 'ਚ ਸੀਗਾ ਪੰਜਾਬ ਦੇ ਜਦੋਂ ਸੀਗਾ ਅੱਜ ਕੱਲ ਤਾਂ ਪੰਜਾਬ ਵੱਡਿਆ ਗਿਆ ਦੁਆਬੀ ਭਾਸ਼ਾ ਮਤਲਬ ਇੱਕ ਚੀਜ਼ ਹੋਰ ਮਾਜੇ ਦੇ ਲੋਕਾਂ ਨੂੰ ਕੀ ਕਿਹਾ ਜਾਂਦਾ ਜੀ ਮਝੈਲ ਕਿਹਾ ਜਾਂਦਾ ਮਾਜੇ ਦਾ ਮਝੈਲ ਮੁੰਡਾ ਮਾਜੇ ਦਾ ਮਝੈਲ ਠੀਕ ਹੈ ਮਾਜੇ ਦੇ ਲੋਕਾਂ ਨੂੰ ਮਜ਼ਾ ਆ ਰਿਹਾ ਕਿ ਆਂਦਾ ਦੁਆਬੀ ਉਪਕਸ਼ਾ ਪੰਜਾਬ ਦੇ ਦੁਆਬਾ ਇਲਾਕੇ ਜੇ ਬੋਲੀ ਜਾਂਦੀ ਹੈ ਦੁਆਬਾ ਤੋਂ ਭਾਵ ਹੁੰਦਾ ਦੋ ਆ ਮਤਲਬ ਦੋ ਪਾਣੀ ਮਤਲਬ ਦੋ ਦਰਿਆਵਾਂ ਵਿਚਕਾਰਲੀ ਧਰਤੀ ਕਿਹੜੇ ਕਿਹੜੇ ਦਰਿਆ ਵਿਚਕਾਰ ਵਿਚਕਾਰ ਬਿਆਸ ਅਤੇ ਸਤਲੁਜ ਦੇ ਵਿਚਕਾਰਲਾ ਇਲਾਕਾ ਜਿਹਦੇ ਵਿੱਚ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਆ ਗਏ ਦੇਖੋ ਚਾਰ ਇਲਾਕੇ ਕਿਹਦੇ ਵਿੱਚ ਆਂਦੇ ਨੇ 1 2 3 4 ਚਾਰ ਇਲਾਕੇ ਕਿਹਦੇ ਵਿੱਚ ਆ ਗਏ ਆਪਣੇ ਕੋਲ ਮਾਝਾ ਜੇ ਚਾਰ ਇਲਾਕੇ ਹੇਲੇ ਜੇ ਹੁਸ਼ਿਆਰਪੁਰ ਕਪੂਰਥਲਾ ਆਵੀ ਕਪੂਰਥਲਾ ਜਲੰਧਰ ਤੇ ਐਸਬੀਐਸ ਨਗਰ ਜਿਹਦਾ ਨਾਮ ਪੁਰਾਣਾ ਕੀ ਸੀਗਾ ਨਵਾਂ ਸ਼ ਹੁਣ ਇਹਦਾ ਕੀ ਰਕਤਾ ਸ਼ਹੀਦ ਭਗਤ ਸਿੰਘ ਨਗਾ ਤਾਂ ਆ ਚਾਰ ਲੱਖ ਕਿਹਦੇ ਵਿੱਚ ਆਗੇ ਜੀ ਦੁਆਬੇ ਦੇ ਵਿੱਚ ਆਗੇ ਠੀਕ ਹੈ ਆਮ ਤੌਰ ਤੇ ਇੱਥੇ ਵਾਵੇ ਦੀ ਜਗ੍ਹਾ ਤੇ ਬੱਬਾ ਬੋਲੇ ਨੇ ਮਾ ਬਾਵਾ ਗੁਰੂ ਬਾਗਰੂ ਕਹਿੰਦੇ ਤਾਂ ਉਹ ਕਹਿੰਦੇ ਨੇ ਬਾਗਰੂ ਬਾਗਰੂ ਵੱਡੇ ਨੂੰ ਕੀ ਕਹਿੰਦੇ ਨੇ ਵੱਡਾ ਕਹਿੰਦੇ ਨੇ ਠੀਕ ਹੈ ਜੀ ਤੇ ਸਸੇ ਦੀ ਜਗ੍ਹਾ ਤੇ ਜ਼ਿਆਦਾਤਰ ਸ਼ਸ਼ੇ ਦੀ ਵਰਤੋਂ ਵੀ ਕਰਨ ਦਾ ਰਿਵਾਜ ਇੱਥੇ ਹੈਗਾ ਠੀਕ ਹੈ ਤਾਂ ਚਾਰ ਜ਼ਿਲ੍ਹੇ ਇਹਦੇ ਵਿੱਚ ਆਗੇ ਚਾਰ ਜ਼ਿਲ੍ਹੇ ਦੇ ਵਿੱਚ ਆਗੇ ਕਿੰਨੇ ਜ਼ਿਲ੍ਹੇ ਹੋਗੇ 8 ਤੇ ਜੇ ਤੁਹਾਨੂੰ ਪਤਾ ਹੋਵੇ ਪੰਜਾਬ ਦੇ ਵਿੱਚ ਇਸ ਟਾਈਮ ਕਿੰਨੇ ਜ਼ਿਲ੍ਹੇ ਨੇ ਕੁੱਲ ਤਾਂ 23 ਜ਼ਿਲ੍ਹੇ ਨੇ 23 ਦੇ ਵਿੱਚੋਂ 8 ਗਏ ਤਾਂ 15 ਤਾਂ 15 ਕਿੱਥ ਮਾਲ ਵਿੱਚ ਬਚ ਕੇ ਸਭ ਤੋਂ ਵੱਡਾ ਏਰੀਆ ਪੰਜਾਬ ਦਾ ਇਸ ਟਾਈਮ ਕਿਹੜਾ ਹੈ ਆ ਵਾਲਾ ਹੈ ਇਹ ਕਿਹੜਾ ਹਾਂਦਾ ਹੀ ਮਾਲਵਾ ਦਾ ਅਖੀਰ ਦੇ ਵਿੱਚ ਜਿਹੜਾ ਜਿਹੜੀ ਜਿਲ੍ਹਾ ਬਣਿਆ ਉਹ ਕਿਹੜਾ ਹੈ ਮਲੇਰ ਕੋਟਲਾ ਬਣਿਆ 23ਵਾਂ ਜਿਲ੍ਹਾ ਮਲੇਰ ਕੋਟਲਾ ਆਪਣੇ ਕੋਲੇ 23rd ਜਿਹੜਾ ਡਿਸਟ੍ਰਿਕਟ ਹੈ ਉਹ ਬਣ ਚੁੱਕਿਆ ਹੈ ਕਿਤੋਂ ਅਲੱਗ ਹੋ ਕੇ ਬਣਿਆ ਜੀ ਸੰਗਰੂਰ ਤੋਂ ਅਲੱਗ ਹੋ ਕੇ ਬਣਿਆ ਸਾਡੇ ਤੋਂ ਅਲੱਗ ਹੋ ਕੇ ਬਣਿਆ ਠੀਕ ਹੈ ਜੀ ਸੋ ਦੁਆਬੇ ਦੇ ਲੋਕਾਂ ਨੂੰ ਕੀ ਕਿਹਾ ਜਾਂਦਾ ਦੁਆਬੀਏ ਦੁਆਬੇ ਦੇ ਲੋਕਾਂ ਨੂੰ ਕੀ ਕਿਹਾ ਜਾਂਦਾ ਦੁਆਬੀਏ ਅੱਗੇ ਆਪਣੇ ਕੋਲੇ ਕੀ ਆਂਦੀ ਮਲਬਈ ਮਤਲਬ ਜਿਹੜੀ ਸਾਡੇ ਵਾਲੀ ਭਾਸ਼ਾ ਮਾਲਬੀ ਮਲਬਈ ਮਾਲਵੇ ਦੇ ਵਿੱਚ ਬੋਲੀ ਜਾਂਦੀ ਹੈ ਮਲਬਈ ਉਪਾਸ਼ਾ ਪੰਜਾਬ ਦੇ ਮਾਲਵੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਤਾਂ ਬਾਵੇ ਨੂੰ ਅਸੀਂ ਮੰਮਾ ਬੋਲਦੇ ਜਿਵੇਂ ਟੀਵੀ ਨੂੰ ਟੀਵੀ ਕਹ ਦਨੇ ਅਸੀਂ ਆਵਾਂਗਾ ਨੂੰ ਆਵਾਂਗਾ ਜਾਵਾਂਗਾ ਤਾਂ ਅਸੀਂ ਬਾਵੇ ਨੂੰ ਮੰਮਾ ਕਰਕੇ ਬੋਲਦੇ ਹਾਂ ਕਿਵੇਂ ਨੂੰ ਕਿਵੇਂ ਆ ਠੀਕ ਹੈ ਜੀ ਤਾਂ ਦੱਦਾ ਦਾ ਦੇ ਦੀ ਨੂੰ ਆਪਾਂ ਕੀ ਕਹਿੰਨਾ ਕਾ ਕੇ ਕੀ ਬਿਰਾਮ ਕੇ ਹੋਈ ਠੀਕ ਹੈ ਤਾਂ ਆਪਾਂ ਜਿਵੇਂ ਤੁਸੀਂ ਕਹਿੰਦੇ ਆ ਰਾਮ ਦੇ ਹੋਈ ਅਸੀਂ ਕਹਿੰਨਾ ਰਾਮ ਕੇ ਹੋਈ ਠੀਕ ਹੈ ਇਹ ਉਹਨਾਂ ਕੀ ਬੰਦੂਕ ਆ ਤੁਸੀਂ ਕਹੋਗੇ ਉਹਨਾਂ ਦੀ ਬੰਦੂਕ ਆ ਤਾਂ ਦੇਖੋ ਦੀਮ ਕਾ ਦੀਪ ਕਾ ਖੇਤ ਸੰਤੇ ਕਾ ਡੇਰਾ ਉਹਨਾਂ ਕਿਆਂ ਮੱਝਾਂ ਤਾਂ ਇਹ ਜ਼ਿਆਦਾਤਰ ਆਪਣੇ ਕੋਲੇ ਸਾਡੇ ਵਾਲੇ ਪਾਸੇ ਬੋਲਦੇ ਨੇ ਆ ਪੇਪਰ 'ਚ ਕੁਛ ਨਾ ਹੋਇਆ ਕਿ ਤੀਵੀ ਨੂੰ ਤੀਵੀ ਕਿੱਥੇ ਬੋਲਦੇ ਨੇ ਤਾਂ ਸਾਡੇ ਵਾਲੇ ਪਾਸੇ ਬੋਲਦੇ ਨੇ ਮਾਲਵੇ ਦੇ ਵਿੱਚ ਬੋਲਦੇ ਨੇ ਠੀਕ ਹੈ ਜੀ ਤਾਂ ਇਹਦੇ ਵਿੱਚ ਕਿੰਨੇ ਜ਼ਿਲ੍ਹੇ ਹੁੰਦੇ ਨੇ ਜੀ ਇਹਦੇ ਵਿੱਚ ਆਪਣੇ ਕੋਲੇ 15 ਜ਼ਿਲ੍ਹੇ ਹੁੰਦੇ ਨੇ ਸਭ ਤੋਂ ਵੱਡਾ ਏਰੀਆ ਇਹੀ ਹੈ ਠੀਕ ਹੈ ਜੀ ਅੱਗੇ ਆਪਣੇ ਕੋਲੇ ਕੀ ਆ ਮਾਲਵ ਜਿਹੜਾ ਮਾਲਵ ਸ਼ਬਦ ਹੈ ਮਾਲਵ ਸ਼ਬਦ ਕਹਿੰਦੇ ਨੇ ਕਿ ਇੱਥੇ ਇੱਕ ਕਬੀਲਾ ਆਇਆ ਸੀ ਕਿਸੇ ਪੁਰਾਣੇ ਟਾਈਮ 'ਚ ਉਹ ਉਹਨਾਂ ਦੀ ਜਾਤ ਕੀ ਸੀ ਆ ਉਹਨਾਂ ਦੀ ਕਾਸਟ ਕੀ ਸੀ ਮਾਲਵ ਸੀ ਉੱਥੋਂ ਕੀ ਬਣਿਆ ਜੀ ਇਹ ਮਾਲਵਾ ਬਣਿਆ ਤੇ ਅੱਗੇ ਆਪਾਂ ਗੱਲ ਕਰਾਂਗੇ ਜਿਹੜਾ ਆ ਏਰੀਆ ਆਂਦਾ ਧਿਆਨ ਨਾਲ ਦੇਖੋ ਇੱਥੇ ਸੰਗਰੂਰ ਦਾ ਏਰੀਆ ਪਟਿਆਲੇ ਦਾ ਏਰੀਆ ਠੀਕ ਹੈ ਥੋੜਾ ਜਿਹਾ ਫਤੇਗੜ ਸਾਹਿਬ ਦਾ ਏਰੀਆ ਤੇ ਰੋਪੜ ਦਾ ਏਰੀਆ ਤੇ ਮੋਹਾਲੀ ਦਾ ਏਰੀਆ ਐਸਐਸ ਨਗਰ ਦਾ ਏਰੀਆ ਇਹ ਸਾਰੇ ਏਰੀਆ ਕਿਹਦੇ ਵਿੱਚ ਆਂਦੇ ਨੇ ਜੀ ਪੁਆਦ ਦੇ ਵਿੱਚ ਆਇਆ ਦੇ ਤਾਂ ਪੁਆਦ ਦੇ ਵਿੱਚ ਕੋਈ ਵੀ ਪੱਕਾ ਜ਼ਿਲ੍ਹਾ ਨਹੀਂ ਆਉਂਦਾ ਪਰ ਜ਼ਿਲ੍ਹਿਆਂ ਦੇ ਏਰੀਏ ਜ਼ਰੂਰ ਆਉਂਦੇ ਤੇ ਮਾਲਵੇ ਦੇ ਲੋਕਾਂ ਨੂੰ ਜੇ ਬੰਦਾ ਹੋਵੇ ਤਾਂ ਉਹਨੂੰ ਕੀ ਕਹਿੰਦੇ ਨੇ ਮਲਬਈ ਔਰਤ ਹੋਵੇ ਤਾਂ ਉਹਨੂੰ ਕੀ ਕਹਿੰਦੇ ਨੇ ਮਲਵੈਣ ਔਰਤ ਹੋਵੇ ਤਾਂ ਉਹਨੂੰ ਕੀ ਕਹਿੰਦੇ ਨੇ ਮਲਵੈਣ ਅੱਗੇ ਦੁਆਬੀ ਮਲਬਈ ਤੇ ਜਿਹੜੀ ਇਹਦੇ ਲਵੇ ਤਵੇ ਬੋਲੀ ਜਾਂਦੀ ਹੈ ਇਹ ਪੁਆਦੀ ਹੈ ਪੁਆਦੀ ਉਪ ਪਾਸ਼ਾ ਜ਼ਿਲ੍ਹਾ ਰੋਪੜ ਤੇ ਸੰਗਰੂਰ ਦੇ ਪੂਰਬੀ ਅੱਧ ਅਤੇ ਲੁਧਿਆਣਾ ਤੇ ਰੋਪੜ ਅੰਬਾਲਾ ਪਟਿਆਲਾ ਦੇ ਕੁਝ ਹੀ ਸਾਮਚ ਆ ਦੇ ਕੋਲ ਲੁਧਿਆਣਾ ਇੱਥੇ ਆ ਗਏ ਨਾ ਤੇ ਇਹਦੇ ਕੁਝ ਹੀ ਸਾਂਝੀ ਬੋਲੀ ਜਾਂਦੇ ਜਿਆਦਾਤਰ ਨਹੀਂ ਬੋਲੀ ਜਾਂਦੀ ਠੀਕ ਹੈ ਜੀ ਤਾਂ ਸੀਸਨ ਕਿਰਿਆਵਾਂ ਨੂੰ ਆਪਾਂ ਕੀ ਕਹਿੰਦੇ ਆ ਤੀ ਤੀਆਂ ਤਾ ਤੇ ਵਿੱਚ ਬਦਲ ਜਾਂਦੀਆਂ ਨੇ ਜਿਵੇਂ ਗਏ ਤੀ ਆਏ ਤੀ ਠੀਕ ਹੈ ਉਹ ਤੋਂ ਇਲਾਵਾ ਪੁਆਦਰੀ ਦੇ ਵਿੱਚ ਥਨੇ ਮਨੇ ਜਿਹੜਾ ਹਰਿਆਣਵੀ ਟੱਚ ਹੁੰਦਾ ਉਹ ਵੀ ਆਪਣੇ ਕੋਲੇ ਪੁਆਦੀ ਦੇ ਵਿੱਚ ਹੀ ਆਂਦਾ ਜੇ ਤੁਸੀਂ ਜ਼ਿਆਦਾ ਜਾਨਣਾ ਚਾਹੁੰਦੇ ਹੋ ਇਸ ਭਾ ਤਾਂ ਤੁਸੀਂ ਗੈਰੇ ਸੰਤੂ ਦੇ ਗਾਣੇ ਸੁਣ ਸਕਦੇ ਹੋ ਕਾਦੇ ਲਈ ਉਹ ਦੁਆਬੇ ਦਾ ਹੈ ਦੁਆਬੀ ਭਾਸ਼ਾ ਦੇਖਣ ਦੇ ਲਈ ਠੀਕ ਹੈ ਆਪਣੇ ਕੋਲੇ ਆ ਮਾਜੀ ਦੇ ਤਾਂ ਬਹੁਤ ਨੇ ਜੋੜ ਸੰਤੂ ਦੇ ਗਾਣੇ ਸੁਣ ਸਕਦੇ ਹੋ ਜਾਂ ਫਿਰ ਆਪਣਾ ਰਟ ਢੱਲੋ ਹੈ ਪ੍ਰੇਮ ਢੱਲੋ ਦੇ ਗਾਣੇ ਸੁਣ ਸਕਦੇ ਹੋ ਆਪਣੇ ਕੋਲੇ ਮਾਜੀ ਦੇ ਲਈ ਮਾਲਵੇ ਲਈ ਤੁਹਾਡਾ ਆਪਣਾ ਛੋਟਾ ਮੂਸੇ ਵਾਲ ਦੇ ਗਾਣੇ ਜਿੰਨੇ ਮਰਜ਼ੀ ਸੁਣ ਸਕਦੇ ਹੋ ਠੀਕ ਹੈ ਜੀ ਆਰ ਨੇਤ ਹੋਗਾ ਮੂਸੇ ਵਾਲਾ ਕੋਰ ਵਾਲਾ ਮਾਨ ਆਪਣਾ ਬਟਰੂਖਾਂ ਵਾਲਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਬਚਨ ਬੇਦ ਉਥੋਂ ਦਾ ਹੀ ਹੈ ਜੀ ਬਟਰੂਖਾਂ ਸੰਗਰੂਰ ਦੇ ਲੱਗਿਆ ਮਾਲਵੇ ਦੇ ਵਿੱਚ ਪੈਂਦਾ ਉਹਦੇ ਗਾਣੇ ਤੁਸੀਂ ਸੁਣ ਸਕਦੇ ਹੋ ਤਾਂ ਹਲਕਾ ਹਲਕ ਠੀਕ ਹੈ ਜੀ ਤਾਂ ਜਿਹੜਾ ਇਹ ਏਰੀਆ ਕਿਹੜਾ ਕਿਹੜਾ ਆ ਗਿਆ ਸੰਗਰੂਰ ਦਾ ਏਰੀਆ ਆ ਗਿਆ ਜੀ ਪਟਿਆਲੇ ਦਾ ਏਰੀਆ ਹੈਗਾ ਰਾਜਪੁਰੇ ਵਾਲਾ ਪਾਸਾ ਸੰਗਰੂਰ ਦੇ ਜਿਹੜਾ ਖਨੌਰਗੀ ਵਾਲੇ ਪਾਸੇ ਲੱਗਦਾ ਉਹ ਵਾਲਾ ਏਰੀਆ ਆ ਗਿਆ ਐਸਐਸ ਨਗਰ ਵਾਲਾ ਆ ਗਿਆ ਠੀਕ ਹੈ ਜੀ ਕਹਿੰਦੇ ਨੇ ਕਿ ਜਿਹੜਾ ਚੰਡੀਗੜ੍ਹ ਹੈ ਉਹ ਪੂਰੇ ਦਾ ਪੂਰਾ ਪੁਆਦ ਨੂੰ ਉਜਾੜ ਕੇ ਲਗਭਗ ਲਗਭਗ 50 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਠੀਕ ਹੈ ਜੀ ਉਹਨਾਂ ਨੂੰ ਪੈਸੇ ਦਿੱਤੇ ਕਿ ਉਜਾੜਨ ਦਾ ਕੀ ਪੈਸੇ ਦਿੱਤੇ ਅਗਲਾ ਨੇ ਜਗਾ ਖਾਲੀ ਕਰ ਦਿੱਤੀ ਠੀਕ ਹੈ ਜੀ ਤੇ ਰੋਪੜ ਦੇ ਜਿਹੜਾ ਇਧਰ ਨਾਲ ਲੱਗਦਾ ਹਿੱਸਾ ਉੱਥੇ ਆਪਣੇ ਕੋ ਪਹਾੜਾਂ ਦੇ ਪੈਰ ਤੁਹਾਨੂੰ ਪਤਾ ਜਦੋਂ ਆਪਾਂ ਇੱਥੋਂ ਜਾਂਦੇ ਆ ਚੰਡੀਗੜ੍ਹ ਤੋਂ ਥੋੜਾ ਜਿਹਾ ਦੂਰ ਆਪਣਾ ਸ਼ਿਮਲਾ ਦੇਖਣ ਲਾਇਆ ਤਾਂ ਇਹ ਕੀ ਹੈ ਸ਼ਿਮਲਾ ਕੀ ਸ਼ਿਵਾਲਿਕ ਦੀ ਪਹਾੜੀਆਂ ਹੋ ਗਿਆ ਤਾਂ ਉਹਦੇ ਪੈਰ ਹੋ ਗਏ ਅੱਗੇ ਆ ਗਈ ਡੋਗਰੀ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਤਾਂ ਡੋਗਰੀ ਕੀ ਆਪਣੇ ਕੋਲੇ ਇਹ ਜੰਮੂ ਤੇ ਕਾਂਗੜੇ ਦੀ ਉਪਭਾਸ਼ਾ ਹੈ ਇਹ ਜ਼ਿਲ੍ਹਾ ਕਠੂਆ ਜੰਮੂ ਉਦਮਪੁਰ ਕਾਂਗੜਾ ਧਰਮਸ਼ਾਲਾ ਤੇ ਸਿਆਲਕੋਟ ਵਿੱਚ ਬੋਲੀ ਜਾਂਦੀ ਹੈ ਇਹ ਇਲਾਕੇ ਦੀ ਵਿੱਚ ਬੋਲੀ ਵਿੱਚ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਤੇ 2003 ਵਿੱਚ ਇਹ ਕੀ ਬਣ ਗਈ ਜੀ ਭਾਸ਼ਾ ਬਣ ਗਈ ਪੇਪਰ 'ਚ ਕੁਐਸਚਨ ਆਉਂਦਾ ਕਿਹੜੀ ਉਪਭਾਸ਼ਾ ਹੁਣ ਭਾਸ਼ਾ ਦਾ ਦਰਜਾ ਭਾਸ਼ਾ ਦਾ ਮਿਲ ਗਿਆ ਤਾਂ ਡੋਗਰੀ ਨੂੰ ਉਪ ਭਾਸ਼ਾ ਤੋਂ ਭਾਸ਼ਾ ਦਾ ਦਰਜਾ ਮਿਲ ਗਿਆ ਇਹ 8ਵਾਂ ਸ਼ੈਡਿਊਲ ਹੈ ਜੀ ਭਾਰਤੀ ਸੰਵਿਧਾਨ ਦਾ ਸੌਰੀ 8ਵੀਂ ਅਨੁਸੂਚੀ ਹੈ 8ਵੀਂ ਹਾਂਜੀ ਸ਼ੈਡਿਊਲ ਹੀ ਕਹਿੰਦੇ ਨੇ 8ਵੀਂ ਅਨੁਸੂਚੀ ਹੈ ਜਿਹਦੇ ਤਹਿਤ ਇਹਨੂੰ ਉਪ ਭਾਸ਼ਾ ਤੋਂ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ ਠੀਕ ਹੈ ਜੀ ਅੱਗੇ ਆਪਣੇ ਕੋਲ ਆਂਦਾ ਪੋਠੋਹਾਰੀ ਪੋਠੋਵਾਰੀ ਜ਼ਿਆਦਾਤਰ ਕਿੱਥੇ ਬੋਲੀ ਜਾਂਦੀ ਹੈ ਰਾਵਲਪਿੰਡੀ ਦੇ ਵਿੱਚ ਬੋਲੀ ਜਾਂਦੀ ਹੈ ਇਹ ਪਾਕਿਸਤਾਨ ਦੇ ਵਿੱਚ ਆ ਗਈ ਜਿਹੋ ਨੇ ਭਾਰਤ ਦੇ ਵਿੱਚ ਨਹੀਂ ਹੈ ਇੱਥੋਂ ਦੀ ਸ਼ਬਦਾਵਲੀ ਮਾਜੀ ਤੇ ਮਲਬਈ ਦੇ ਨਾਲ ਰਲਦੀ ਮਿਲਦੀ ਹੈ ਸ਼ਬਦਾਂ ਤੇ ਅਦਕ ਪਾ ਕੇ ਬੋਲਿਆ ਜਾਂਦਾ ਜਿਵੇਂ ਪੱਤਾ ਪੱਤੇ ਨੂੰ ਪਤਾ ਉਹਨੂੰ ਪੱਤਾ ਕਹਿੰਦਾ ਹੈ ਕਿਲ੍ਹ ਨੂੰ ਕਿਲਾ ਕਹਦਾਂਗੇ ਠੀਕ ਹੈ ਜੀ ਪਾਕਿਸਤਾਨੀ ਪੰਜਾਬੀ ਜੇ ਤੁਸੀਂ ਸੁਣਨੀ ਹੈ ਤਾਂ ਤਹਿਜ਼ੀਬ ਹਾਫੀ ਤਹਿਜ਼ੀਬ ਹਾਫੀ ਦੀ ਬਹੁਤ ਸੋਹਣੀਆਂ ਸੋਹਣੀਆਂ ਪੋਇਟਰੀ ਨੇ ਤੁਸੀਂ ਸੁਣ ਸਕਦੇ ਹੋ ਕੈਰੀਓ ਜੱਟਾ ਤੁਸੀਂ ਇਕੱਲੇ ਬੈਠ ਕੇ ਦੇਖ ਸਕਦੇ ਹੋ ਕਿਉਂਕਿ ਫੈਮਲੀ ਮੂਵੀ ਤਾਂ ਉਹ ਹੈ ਨਹੀਂ ਉਹਦੇ ਵਿੱਚ ਜਿਹੜੇ ਪਾਕਿਸਤਾਨੀ ਕਲਾਕਾਰ ਨੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਤੂੰ ਇੰਜ ਪਾਉਂਦਾ ਇੰਜ ਪਾਉਂਦਾ ਤਾਂ ਉਹ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜੂ ਡਾਇਲੈਕਟ ਦਾ ਪਤਾ ਲੱਗ ਜਾਂਦਾ ਕਿ ਉਹ ਕਿੰਦਾ ਦੀ ਭਾਸ਼ਾ ਬੋਲਦੇ ਨੇ ਉਹ ਤੋਂ ਬਾਅਦ ਮਲਤਾਨੀ ਹੈ ਪਾਕਿਸਤਾਨ ਵਿੱਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਉਪਭਾਸ਼ਾ ਕਿਹੜੀ ਹੈ ਮਲਤਾਨੀ ਹੈ ਮਲਤਾਨੀ ਉਪਭਾਸ਼ਾ ਪਾਕਿਸਤਾਨ ਦੇ ਜ਼ਿਲ੍ਹਾ ਮਲਤਾਨ ਦੇ ਵਿੱਚ ਬਹਾਵਲਪੁਰ ਦੇ ਵਿੱਚ ਮਿੰਟ ਗੁਮਰੀ ਦੇ ਵਿੱਚ ਸ਼ੇਖੋਪੁਰਾ ਤੇ ਜ਼ਿਲ੍ਹਾ ਮੁਜ਼ੱਫਰਗੜ ਦੇ ਵਿੱਚ ਬੋਲੀ ਜਾਂਦੀ ਹੈ ਮਲਤਾਨੀ ਪਾਕਿਸਤਾਨ ਕਿ ਉੱਥੋਂ ਦੀ ਜਿਹੜੀ ਉਹ ਪ੍ਰੋਪਰ ਭਾਸ਼ਾ ਉਹ ਕਿਹੜੀ ਆ ਮਤਲਬ ਉਪਭਾਸ਼ਾ ਟਕਸਾਲੀ ਮਲਤਾਨੀ ਹੈ ਜੋ ਉੱਥੋਂ ਦੀ ਕਿਤਾਬਾਂ ਵਗੈਰਾ ਇਹਦੇ ਵਿੱਚ ਛਪਦੀਆਂ ਨੇ ਇਹਦੇ ਵਿੱਚ ਮੈਂਡਾ ਟੈਂਡਾ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੁਹਾਨੂੰ ਇਹ ਸੁਣਿਆ ਹੋਵੇਗਾ ਕਿ ਸੱਜਣਾ ਇਹ ਕੋਈ ਗੱਲ ਤੇ ਨਹੀਂ ਨਾ ਹੁਣ ਆਪਾਂ ਕਹਿੰਦੇ ਨੇ ਸੱਜਣਾ ਇਹ ਕੋਈ ਗੱਲ ਤਾਂ ਨਹੀਂ ਨਾ ਉਹ ਕਹਿੰਦੇ ਨੇ ਤੇ ਨਹੀਂ ਨਾ ਤਾਂ ਉੱਥੇ ਥੋੜਾ ਜਿਹਾ ਫਰਕ ਪੈ ਜਾਂਦਾ ਹੈਗੀ ਪੰਜਾਬੀ ਆ ਉਹ ਵੀ ਪਰ ਥੋੜਾ ਜਿਹਾ ਫਰਕ ਪੈ ਜਾਂਦਾ ਸੋ ਇਹ ਸੀ ਆਪਣਾ ਅੱਜ ਦਾ ਲੈਕਚਰ ਮੈਂ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਇਹ ਪਹਿਲਾ ਲੈਕਚਰ ਹੈ ਠੀਕ ਹੈ ਇਹ ਬਿਲਕੁਲ ਫ ਤਾਂ ਇਸ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦਾ ਮੈਂ ਬਾਰ ਬਾਰ ਕਹਿ ਰਿਹਾ ਕਾਂਸਟੇਬਲ ਦੇ ਲਈ ਰੀਜ਼ਨਿੰਗ ਅਤੇ ਪੰਜਾਬੀ ਦੀ ਤਿਆਰੀ ਮੇਰੇ ਵੱਲੋਂ ਸਿਰਫ ਇੰਨੇ ਦੇ ਵਿੱਚ ਤਾਂ ਜਦੋਂ ਮਰਜੀ ਕੰਟੈਕਟ ਕਰ ਸਕਦਾ ਇਹਨੀਆਂ ਵਿਦ ਪੀਡੀਫਸ ਵੀ ਮਿਲਣੀਆਂ ਠੀਕ ਹੈ ਜੀ ਆ ਥਿਉਰੀਆਂ ਵੀ ਅਤੇ ਉਹਦੀਆਂ ਵੀ ਤੁਜੇ ਨਹੀਂ ਹੋਈ ਰੀਜ਼ਨਿੰਗ ਦੇਮ ਥੈਂਕ ਯੂ ਵੈਰੀ ਮਚ